ਪਠਾਨਕੋਟ ਵਿਖੇ ਲੁਧਿਆਣਾ ਰੋਡ ਤੇ ਲਾਡੀ ਕਾਰ ਬਾਜ਼ਾਰ ਵਿਖੇ ਸਥਿਤ ਪ੍ਰੈਸ ਕਲੱਬ ਦੇ ਦਫ਼ਤਰ ਪਹੁੰਚੇ ਪੰਜਾਬ ਦੇ ਵਿੱਤ ਆਬਕਾਰੀ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਕੁਝ ਦਿਨਾਂ ਤੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੂਬੇ ਦੇ ਗਵਰਨਰ ਦੇ ਵੱਲੋਂ ਰੱਦ ਕੀਤਾ ਜਾ ਰਿਹਾ ਸੀ, ਲੇਕਿਨ ਇਹ ਜਮਹੂਰੀ ਕਦਰਾਂ ਕੀਮਤਾਂ ਦੇ ਖਿਲਾਫ ਸੀ। ਸਗੋਂ ਪੰਜਾਬ ਦੀ ਕੈਬਨਿਟ ਦੇ ਦੁਆਰਾ ਇਸ ਸੰਬੰਧ ਦੇ ਵਿੱਚ ਮਤਾ ਪਾ ਕੇ ਭੇਜਿਆ ਗਿਆ ਤਾਂ ਉਹਨਾਂ ਨੂੰ 27 ਸਤੰਬਰ ਦੇ ਵਿਸ਼ੇਸ਼ ਇਜਲਾਸ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਦੌਰਾਨ ਪੰਜਾਬ ਦੇ ਭਗਦੇ ਮਸਲਿਆਂ 'ਤੇ ਚਰਚਾ ਕੀਤੀ ਜਾਵੇਗੀ। ਉੱਥੇ ਪੈਂਡਿੰਗ ਪਏ ਮਾਮਲਿਆਂ 'ਤੇ ਕਾਨੂੰਨਾਂ ਪ੍ਰਤੀ ਗੱਲਬਾਤ ਕਰਨ ਉਪਰੰਤ ਕਾਨੂੰਨ ਪਾਸ ਕੀਤੇ ਜਾਣਗੇ ਅਤੇ ਸਰਕਾਰ ਦੇ ਵੱਲੋਂ ਕਈ ਲੋਕ ਪੱਖੀ ਕਾਨੂੰਨ ਲਿਆਉਣ ਦੀ ਕਾਰਵਾਈ ਵੀ ਆਰੰਭੀ ਗਈ ਹੈ। ਹੋਰ ਕੀ ਕਹਿਣਾ ਸੀ ਹਰਪਾਲ ਸਿੰਘ ਚੀਮਾ ਦਾ, ਹਾਊਸ ਸੁਣਾਉਂਦੇ ਹਾਂ ਤੁਹਾਨੂੰ। ਚੀਮਾ ਸਰ, ਪਹਿਲਾਂ ਜਿਹੜਾ ਅੱਜ ਦਾ ਇੱਥੇ ਰਾਏਕੋਟ ਦਾ ਦੌਰਾ ਹੈਗਾ, ਉਹਦੇ ਬਾਰੇ ਪਲੀਜ਼ ਸਾਨੂੰ ਜਾਣ। ਅੱਜ ਰਾਏਕੋਟ ਦੇ ਵਿੱਚ ਸਰਵ ਧਰਮ ਸੰਮੇਲਨ ਜਿਹੜਾ ਹੋਇਆ ਗਾ ਉਹਦੇ ਵਿੱਚ ਸ਼ਿਰਕਤ ਕੀਤੀ ਆ। ਮੇਰੇ ਨਾਲ ਸਾਡੇ ਇੱਥੋਂ ਦੇ ਸਥਾਨਕ ਵਿਧਾਇਕ ਵੀ ਹਾਜ਼ਰ ਨੇ ਕਿ ਅਸੀਂ ਜਾ ਕੇ ਆਏ ਹਾਂ ਕਿ ਉੱਥੇ ਬਹੁਤ ਅੱਛਾ ਫੰਕਸ਼ਨ ਹੋ ਰਿਹਾ ਗਾ। ਸੋ ਬਹੁਤ ਹੀ ਮੈਂ ਸਮਝਦਾ ਇਲਾਕੇ ਦੇ ਵਿੱਚ ਏਕਤਾ ਅਤੇ ਸਦਭਾਵਨਾ ਦਾ ਪ੍ਰਤੀਕ ਆ ਕਿ ਜਿਹੜਾ ਸਮਾਗਮ ਹੋਇਆ ਗਾ। ਇੱਕ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਧਾਨ ਸਭਾ ਅਤੇ ਰਾਜਪਾਲ ਦੇ ਵਿੱਚ ਕੁਛ ਟਕਰਾਅ ਚੱਲਦਾ, ਉਹ ਕਿਸ ਮੋੜ 'ਤੇ ਪਹੁੰਚਿਆ? ਬਿਲਕੁਲ, ਪਹਿਲਾਂ ਮਾਨਯੋਗ ਸਾਡੇ ਰਾਜਪਾਲ ਸਾਹਿਬ ਨੇ ਜਿਹੜਾ ਸਾਡਾ ਵਿਧਾਨ ਸਭਾ ਦਾ ਸਮਾਗਮ ਸੀਗਾ ਉਹਨੂੰ ਪਹਿਲਾਂ ਮਨਜ਼ੂਰੀ ਦਿੱਤੀ, ਫਿਰ ਉਹਨੂੰ ਰੱਦ ਕੀਤਾ ਗਿਆ ਔਰ ਉਸ ਤੋਂ ਬਾਅਦ ਦੁਬਾਰਾ ਜਦੋਂ ਪੰਜਾਬ ਦੀ ਕੈਬਨਿਟ ਨੇ ਦੁਬਾਰਾ ਮਤਾ ਪਾ ਕੇ ਭੇਜਿਆ, ਦੁਬਾਰਾ ਰੈਜੋਲਿਊਸ਼ਨ ਪਾ ਕੇ ਭੇਜਿਆ, ਤਾਂ ਮਾਨਯੋਗ ਗਵਰਨਰ ਸਾਹਿਬ ਨੇ ਅੱਜ ਜਿਹੜਾ ਉਹ ਸਾਡਾ ਸੈਸ਼ਨ ਅਲਾਓ ਕੀਤਾ ਗਿਆ। 27 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਹੋਊਗਾ ਔਰ ਜਿਹਦੇ ਵਿੱਚ ਪੰਜਾਬ ਦੇ ਭਖਦੇ ਮਾਮਲਿਆਂ ਦੇ ਉੱਤੇ ਗੱਲ ਕੀਤੀ ਜਾਊਗੀ ਔਰ ਕਾਫੀ ਸਾਰੇ ਕਾਨੂੰਨ ਜਿਹੜੇ ਨੇਗੇ ਉਹ ਬਣਾਉਣ ਵਾਲੇ ਪੈਂਡਿੰਗ ਪਏ ਸੀ ਉਹਨਾਂ 'ਤੇ ਵੀ ਚਰਚਾ ਹੋਊ ਅਤੇ ਪਾਸ ਕੀਤੇ ਜਾਣਗੇ। ਦੇਖੋ, ਐਂਟੀ ਗੈਂਗਸਟਰ ਫੋਰਸ ਦਾ ਪੰਜਾਬ ਵਿੱਚ ਪਹਿਲੀ ਵਾਰ ਗਠਨ ਹੋਇਆ ਗਾ ਔਰ ਪਹਿਲੀ ਵਾਰ ਗੈਂਗਸਟਰਾਂ ਦੇ ਖਿਲਾਫ ਵੱਡੀ ਪੱਧਰ 'ਤੇ ਪੰਜਾਬ ਪੁਲਿਸ ਨੇ, ਐਂਟੀ ਗੈਂਗਸਟਰ ਫੋਰਸ ਨੇ ਆਪਣਾ ਕੰਮ ਕੀਤਾ ਗਾ। ਨਹੀਂ ਤਾਂ ਸਾਰੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਪੁਰਾਣੀਆਂ ਰਾਜਨੀਤਿਕ ਪਾਰਟੀਆਂ, ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਪਾਰਟੀ ਆ, ਉਹ ਗੈਂਗਸਟਰਾਂ ਦਾ ਸਹਾਰਾ ਲੈਂਦੀਆਂ ਸੀ ਔਰ ਸਮਾਜ ਦੇ ਵਿੱਚ ਬਦਮ ਨਹੀਂ ਪੈਦਾ ਕਰਦੀਆਂ ਸੀਗੀਆਂ, ਸਮਾਜ ਦੇ ਲੋਕਾਂ ਨੂੰ ਡਰਾਉਂਦੀਆਂ ਸੀ, ਧਮਕਾਉਂਦੀਆਂ ਸੀਗੀਆਂ। ਪਹਿਲੀ ਵਾਰ ਹੋਇਆ ਗਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ, ਸਾਡੀ ਸਰਕਾਰ ਨੇ ਗੈਂਗਸਟਰਾਂ ਦੇ ਖਿਲਾਫ਼ ਇੱਕ ਸਖਤ ਐਕਸ਼ਨ ਲਿਆ ਗਾ ਔਰ ਗੈਂਗਸਟਰਾਂ ਦੇ ਖਿਲਾਫ਼ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਪਹਿਲੀ ਵਾਰ ਮੈਂ ਸਮਝਦਾ ਪੰਜਾਬ 'ਚ ਹੋਈ ਹੈ। ਸੂਬੇ ਪ੍ਰਤੀ ਰਵੱਈਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਆਰਥਿਕ ਮਾਮਲਿਆਂ ਦੇ ਉੱਤੇ ਵੀ ਪੰਜਾਬ ਦਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੈਂ ਸਮਝਦਾ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਨੇ, ਚਾਹੇ ਉਹ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਕਾਂਗਰਸ ਆ, ਉਹਨਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਤੋੜਿਆ, ਬੁਰੀ ਤਰ੍ਹਾਂ ਬਰਬਾਦ ਕੀਤਾ ਪੰਜਾਬ ਦੀ ਆਰਥਿਕਤਾ ਨੂੰ। ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਪੰਜਾਬ ਦੇ ਲੋਕਾਂ ਨੇ ਲਾਈ ਹੈਗੀ, ਉਹ ਬਾਖੂਬੀ ਨਿਭਾ ਰਹੇਗੇ, ਪੰਜਾਬ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਾਂਗੇ। ਔਰ ਦੂਜੇ ਪਾਸੇ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਪੰਜਾਬ ਸੂਬੇ ਨਾਲ ਮਤਰੇਈ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ, ਪੰਜਾਬ ਸੂਬੇ ਨਾਲ ਕੋਆਪਰੇਸ਼ਨ ਕਰਨੀ ਚਾਹੀਦੀ ਆ ਔਰ ਪੰਜਾਬ ਦੀ, ਕਿਉਂਕਿ ਪੰਜਾਬ ਉਹ ਸੂਬਾ ਗਾ ਜਿਹਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇਗੀਆਂ। ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ ਉਦੋਂ ਵੀ ਪੰਜਾਬ ਨੇ ਸਭ ਤੋਂ ਮੋਹਰੀ ਰੋਲ ਅਦਾ ਕੀਤਾ ਗਿਆ, ਜਦੋਂ ਵੀ ਕੋਈ ਰੈਵੋਲਿਊਸ਼ਨ ਕਿਸੇ ਵੀ ਖੇਤਰ ਦੇ ਵਿੱਚ ਆਇਆ ਤਾਂ ਪੰਜਾਬ ਨੇ ਵੱਧ ਚੜ ਕੇ ਹਿੱਸਾ ਪਾਇਆ ਗਿਆ। ਸੋ ਮੈਂ ਸਮਝਦਾ ਹੁਣ ਕੇਂਦਰ ਸਰਕਾਰ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਇਸ ਗ੍ਰੀਨ ਰੈਵੋਲਿਊਸ਼ਨ ਦੇ ਕਾਰਨ ਸਾਡਾ ਧਰਤੀ ਹੇਠਲਾ ਪਾਣੀ ਬਹੁਤ ਥੱਲੇ ਨੂੰ ਚਲਿਆ ਗਿਆ ਔਰ ਜਿਸ ਸਮੇਂ ਦੇਸ਼ ਦੇ ਵਿੱਚ ਅੰਨ ਦੀ ਘਾਟ ਸੀਗੀ, ਜਿਸ ਸਮੇਂ ਬਹੁਤ ਸਾਰੇ ਰਾਜਾਂ ਦੇ ਵਿੱਚ ਨਾ ਕਣਕ ਹੁੰਦੀ ਸੀ ਨਾ ਚਾਵਲ ਹੁੰਦੇ ਸੀ, ਉਸ ਸਮੇਂ ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ ਜਿਹੜਾ ਹੈਗਾ ਜੀਣ ਜਾਨ ਲਾ ਕੇ ਮਿਹਨਤ ਕੀਤੀ ਔਰ ਉਹ ਅੰਨ ਜਿਹੜਾ ਹੈਗਾ ਪੂਰੇ ਦੇਸ਼ ਵਿੱਚ ਪਹੁੰਚਾਇਆ। ਸੋ ਅੱਜ ਮੈਂ ਸਮਝਦਾ ਪੰਜਾਬ ਦਾ ਧਰਤੀ ਹੇਠਲਾ ਪਾਣੀ ਔਰ ਧਰਤੀ ਨੂੰ ਬਚਾਉਣ ਦੇ ਲਈ, ਪੰਜਾਬ ਨੂੰ ਬਚਾਉਣ ਦੇ ਲਈ ਕੇਂਦਰ ਸਰਕਾਰ ਨੂੰ ਸਾਡੀ ਸਹਾਇਤਾ ਕਰਨੀ ਚਾਹੀਦੀ ਹੈ। ਪਰਾਲੀ ਦੇ ਸਵਾਲ ਦੇ ਉੱਤੇ ਕੇਂਦਰ ਸਰਕਾਰ ਤੋਂ ਪੰਜਾਬ ਨੇ ਸਹਾਇਤਾ ਮੰਗੀ, ਲੇਕਿਨ ਹਾਲ ਦੀ ਘੜੀ ਉਧਰੋਂ ਜਵਾਬ ਵਰਗੀ ਗੱਲ ਹੀ ਲੱਗਦੀ ਆ, ਕੀ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਮਾੜਾ ਮੋਟਾ ਰਾਹਤ ਦੀ ਹੈਗੀ ਉਮੀਦ? ਦੇਖੋ, ਸਾਨੂੰ ਪੂਰਨ ਆਸਾ ਕਿ ਕੇਂਦਰ ਸਰਕਾਰ ਜਿਹੜਾ ਹੈਗਾ ਉਹ ਸਟੇਟਾਂ ਨੂੰ, ਪੰਜਾਬ ਨੂੰ, ਹੋਰ ਸਟੇਟਾਂ ਨੂੰ ਸਹਿਯੋਗ ਕਰੂਗਾ ਔਰ ਇਸ ਪਰਾਲੀ ਦੀ ਸਮੱਸਿਆ ਦਾ ਹੱਲ ਕੀਤਾ ਜਾਊਗਾ, ਕਿਉਂਕਿ ਪਰਾਲੀ ਦੀ ਕਾਫੀ ਵੱਡੀ ਸਮੱਸਿਆ ਹੈਗੀ, ਇਹਦਾ ਹੱਲ ਹੋਣਾ ਚਾਹੀਦਾ। ਜਿਹੜਾ ਕਿਸਾਨ, ਕੋਈ ਕਿਸਾਨ ਨਹੀਂ ਚਾਹੁੰਦਾ ਕਿ ਪਰਾਲੀ ਨੂੰ ਅੱਗ ਲਾਈ ਜਾਵੇ, ਕਿਉਂਕਿ ਜਦੋਂ ਪਰਾਲੀ ਨੂੰ ਕਿਸਾਨ ਅੱਗ ਲਾਉਂਦਾ ਸਭ ਤੋਂ ਪਹਿਲਾਂ ਧੂੰਆਂ ਜਿਹੜਾ ਹੈਗਾ ਉਸ ਪਰਾਲੀ ਦਾ ਕਿਸਾਨ 'ਤੇ ਅਟੈਕ ਕਰਦਾ ਗਾ, ਕਿਸਾਨ ਦੀ ਸਿਹਤ ਖਰਾਬ ਕਰਦਾ ਗਾ। ਸੋ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਸਾਡੀ ਜਿਹੜੀ ਸਹਾਇਤਾ ਕਰਨੀ ਚਾਹੀਦੀ ਤਾਂ ਕਿ ਅਸੀਂ ਇਸ ਸਿਸਟਮ ਨੂੰ ਠੀਕ ਕਰ ਸਕੀਏ। ਜਿਵੇਂ ਕਿ ਉਸ ਕਿਸਾਨ ਜਥੇਬੰਦੀਆਂ ਦਾ ਦਾਅਵਾ ਵੀ ਅਸੀਂ ਪਰਾਲੀ ਨੂੰ ਸਾੜਾਂਗੇ, ਕਿ ਇਸ ਮੁੱਦੇ ਨੂੰ ਲੈ ਕੇ ਸਰਕਾਰ ਦਾ ਅਤੇ ਕਿਸਾਨਾਂ 'ਚ ਕੋਈ ਟਕਰਾਅ ਹੋਣਗੇ? ਦੇਖੋ, ਕੋਈ ਟਕਰਾਅ ਨਹੀਂ, ਅਸੀਂ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਅਸੀਂ ਹੱਲ ਲੱਭ ਰਹੇ ਹਾਂਗੇ, ਲੱਭਿਆ ਜਾ ਰਿਹਾ ਹੱਲ, ਬਹੁਤ ਸਾਰੀਆਂ ਫੈਕਟਰੀਆਂ ਵੀ ਲੱਗੀਆਂ ਨੇਗੀਆਂ, ਫਿਊਲ ਦੇ ਲਈ ਕੰਮ ਆ ਰਹੀ ਹੈਗੀ, ਇਸ ਵਾਰ ਤਾਂ ਕਾਫੀ ਹੱਦ ਤੱਕ ਮੈਨੂੰ ਜਿੰਨੀ ਆਸ ਆ ਬਹੁਤ ਵੱਡੀ ਪੱਧਰ 'ਤੇ ਜਿਹੜੀ ਪਰਾਲੀ ਆ ਉੱਥੇ ਜਿਹੜੀ ਕੰਮ ਆਊਗੀ ਔਰ ਕਾਫੀ ਅੱਛਾ
भा भी दे रहे हैं गे सो ये समस्या के हल ही लगे हुए हैं कि बहुत सारिया जड़िया मशीन ने भी उपलब्ध कराइया जा रही सो असं ये हल ही लगे हैं किसान भरावान मेरी बेनती है कि साडा सहयोग करना।